जे फर्ज करो टेंट भानी लिया चले गए फिर किहड़ा हो गया की हो गया ते जे तो तुसी डांगा मारदे साडे ओ कानूनी है इन्हां दे परचा क्यों कीता भी 21-22 जने दे परचा करता 307 दे परचे करते है राजा राज सिंह जिहड़ा किसानी संघर्ष रहा है ਕਸਬਾਨੋਂ ਦੇ ਜਿਹੜੇ ਸਾਰੇ ਪਰਿਵਾਰ ਨੂੰ ਮਾਰਤਾ ਉਹ ਤਾਂ ਰਿਹਾ ਕਰਤੇ ਰਾਜੀਵ ਗਾਂਧੀ ਦੇ ਕਾਤਲ ਵੀ ਰਿਹਾ ਕਰਤੇ ਅਤੇ ਫਿਰ ਇਸ ਤਰੀਕੇ ਸਾਨੂੰ ਕਿਉਂ ਮਾਰੀ ਜਾਂਦੇ ਹੈ ਉਹਨਾਂ ਨੇ ਕਿਹੜਾ ਕੁਝ ਕੀਤਾ ਉਹਨਾਂ ਨੇ ਨਾ ਜਥੇਬੰਦੀਆਂ ਦੀ ਢਾਲ ਬਣ ਕੇ ਰਹੇ ਹੈ ਅਤੇ ਫਿਰ ਇਸ ਕਰਕੇ ਰਾਜਾ ਰਾਜ ਸਿੰਘ ਦੇ ਪਰਿਵਾਰ 'ਤੇ ਜ਼ਬਰ ਕਰਨਾ ਉਹਦੇ ਪਰਿਵਾਰ ਨੂੰ ਜਾ ਕੇ ਘੇਰ ਲੈਣਾ ਫੜ ਲੈਣਾ ਕਿੱਡੀ ਕੁ ਗੱਲ ਹੈ ਨਿਹੰਗ ਸਿੰਘ ਰਾਜਾ ਰਾਜ ਸਿੰਘ ਜਿਹੜੇ ਕੌਮੀ ਇਨਸਾਫ਼ ਮੋਰਚੇ 'ਚ ਬੈਠੇ ਹੋਏ ਨੇ ਉੱਥੇ ਅੱਗੇ ਸਭ ਤੋਂ ਉਹਨਾਂ ਦੇ ਵੀ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਹਿੰਦੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਕੀ ਕਹੋਗੇ ਕੌਮੀ ਇਨਸਾਫ਼ ਮੋਰਚਾ ਜੋ ਮੋਹਾਲੀ 'ਚ ਬੰਦੀ ਸਿੰਘ ਜੋ ਸਾਡੇ ਸਿਆਸੀ ਕੈਦੀ ਹੈ ਉਹਨਾਂ ਨੂੰ ਰਿਹਾਈ ਨੂੰ ਲੈ ਕੇ ਚੱਲ ਰਿਹਾ ਸਾਡੇ ਢਾਡੀ ਰਾਗੀ ਸਾਡੇ ਬਾਬੇ ਸਾਰੀਆਂ ਜਥੇਬੰਦੀਆਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡਟ ਕੇ ਉੱਥੇ ਲੈ ਰਿਹਾ ਰੌਲਾ ਤਾਂ ਸਿੱਧਾ ਜਿਹਾ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੇ ਆਪਣੀ ਸਜ਼ਾ ਪੂਰੀ ਕੱਟ ਲਈ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਇਸ ਕਰਕੇ ਜਦੋਂ ਬੰਦਾ ਕੋਈ ਉਹਨੂੰ ਸਜ਼ਾ ਹੋ ਜਾਂਦੀ ਹੈ ਜੇ ਬੰਦਾ ਇੱਕ ਕਤਲ ਕਰ ਦੇਵੇ ਉਹਨੂੰ 20 ਸਾਲ ਦੀ ਸਜ਼ਾ ਹੋਵੇ ਅਤੇ ਉਹ 8 ਸਾਲ ਕੱਟ ਕੇ ਅਤੇ 2 ਸਾਲ 10 ਸਾਲ ਕੱਟ ਕੇ ਬਾਹਰ ਆ ਜਾਂਦਾ ਅਤੇ ਫਿਰ ਜਿਹੜੇ ਬੰਦੇ ਦਾ ਨੇ ਜੇ ਕੋਈ ਬੰਦੇ ਨੇ ਆਪਣਾ ਹੱਕ ਲੈਣ ਲਈ ਕੋਈ ਕੌਮੀ ਹੱਕ ਲੈਣ ਲਈ ਲੜਾਈ ਲੜੀ ਹੈ ਜਾਂ ਜਨਰਲ ਵਿੱਦਿਆ ਨੂੰ ਸੋਧਤਾ ਜਾਂ ਇੰਦਰਾ ਗਾਂਧੀ ਨੂੰ ਸੋਧਤਾ ਜਾਂ ਹੋਰ ਸਰਸੇ ਵਾਲੇ ਸਾਹਿਬ ਦੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਤਾ ਜਦੋਂ ਸੋਧਣ ਵਾਲਾ ਕਿਤੋਂ ਦਾ ਬੰਦਾ ਹੋਵੇ ਜਦੋਂ ਉਹਨੂੰ ਸਜ਼ਾ ਹੋਵੇ ਉਹ ਆਪਣੇ ਹੋਮ ਡਿਸਟ੍ਰਿਕਟ ਦੇ ਵਿੱਚ ਰਹਿ ਸਕਦਾ ਅਸੀਂ ਇਹ ਮਾਫ਼ੀ ਤਾਂ ਮੰਗੀ ਨਹੀਂ ਵੀ ਅਸੀਂ ਨਹੀਂ ਕੀਤਾ ਸੀ ਕਿ ਕਬੂਲਿਆ ਸਾਡੇ ਸਿੰਘਾਂ ਨੇ ਇਸ ਕਰਕੇ ਉਹਨਾਂ ਨੇ ਪੂਰੀ ਸਜ਼ਾ ਕੱਟ ਦਿੱਤੀ ਹੈ ਬਲਕਿ ਸਬਾਨੋਂ ਦੇ ਜਿਹੜੇ ਸਾਰੇ ਪਰਿਵਾਰ ਨੂੰ ਮਾਰਤਾ ਉਹ ਤਾਂ ਰਿਹਾਅ ਕਰਤੇ ਰਾਜੀਵ ਗਾਂਧੀ ਦੇ ਕਾਤਲ ਵੀ ਰਿਹਾਅ ਕਰਤੇ ਅਤੇ ਫਿਰ ਇਸ ਤਰੀਕੇ ਸਾਨੂੰ ਕਿਉਂ ਮਾਰੀ ਜਾਂਦੇ ਹੈ ਉੱਧਰ ਸਾਡੇ ਨਕਸਲੜੀਆਂ ਨੂੰ ਮਾਰੀ ਜਾਂਦੇ ਆ ਕਹਿ ਕੇ ਜਿਹੜੇ ਕਿ ਆਪਣੇ ਖਣਿਜਾਂ ਨੂੰ ਰੁਕਾ ਰਹੇ ਆਪਣੇ ਇਲਾਕਿਆਂ ਨੂੰ ਰੁਕਾ ਰਹੇ ਉਹਨਾਂ ਨੂੰ ਗੋਲੀਆਂ ਸਿੱਧੀਆਂ ਮਾਰੀ ਜਾਂਦੇ ਆ ਇਹ ਫਿਰ ਕਿਹੜੀ ਗੱਲ ਹੈ ਇਸ ਕਰਕੇ ਹੁਣ ਉਹ ਚੱਲੇ ਸੀ ਭਗਵੰਤ ਮਾਨ ਦੀ ਕੋਠੀ ਘੇਰਨ ਅਤੇ ਭਗਵੰਤ ਮਾਨ ਦੀ ਕੋਠੀ ਆ ਉਹ ਕਹਿੰਦੇ ਚੰਡੀਗੜ੍ਹ ਹੈ ਅਤੇ ਭਗਵੰਤ ਮਾਨ ਤਾਂ ਚੀਫ ਮਿਨਿਸਟਰ ਪੰਜਾਬ ਦਾ ਸੀ ਅਤੇ ਸਿੰਘ ਤਾਂ ਚੱਲੇ ਪੰਜਾਬ ਹੀ ਚੱਲੇ ਸੀ ਆਪਦੇ ਕਿਉਂਕਿ ਸਾਡਾ ਹਿੱਸਾ ਤਾਂ ਹੈਗਾ ਹੀ ਆ ਉਹ ਯੂਨੀਅਨ ਟੈਰੀਟਰੀ ਨੂੰ ਪੰਜਾਬ ਚੱਲੇ ਸੀ ਫਿਰ ਜੋ ਪੰਜਾਬ ਨਹੀਂ ਮੰਨ ਲਓ ਕਹਿੰਦੇ ਹੋ ਫਿਰ ਯਾਰ ਭਗਵੰਤ ਮਾਨ ਦੀ ਕੋਠੀ ਉੱਥੇ ਕਿਉਂ ਰੱਖੀ ਆ ਭਗਵੰਤ ਮਾਨ ਦੀ ਕੋਠੀ ਹੈ ਤਾਂ ਮਤਲਬ ਉਹਦੀ ਚੰਡੀਗੜ੍ਹ 'ਚ ਕੋਠੀ ਉਹਦੀ ਪੰਜਾਬ 'ਚ ਕੋਠੀ ਨਹੀਂ ਜੇ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਹੈ ਉਹਦੇ ਕੋਲ ਕੋਠੀ ਉਹਦੇ 'ਚ ਨਹੀਂ ਜਾ ਸਕਦੇ ਉਹ ਪੰਜਾਬ ਦੀ ਜਗ੍ਹਾ ਹੈ ਹਾਈ ਕੋਰਟ ਅੱਧੀ ਹੈ ਸਾਡੀ ਹਾਈ ਕੋਰਟ ਵੀ ਪੰਜਾਬ ਹਰਿਆਣਾ ਹਾਈ ਕੋਰਟ ਭਾਵੇਂ ਸਾਨੂੰ ਗੁਲਾਮ ਰੱਖਿਆ ਸਾਡੇ ਕੋਲ ਰਾਜਧਾਨੀ ਖੋਲੀ ਹੈ ਅਤੇ ਇਸ ਕਰਕੇ ਅਤੇ ਫਿਰ ਪੰਜਾਬ ਵਾਲੇ ਕੀ ਕਰਦੇ ਆ ਕਹਿੰਦੇ ਜੀ ਕਹਿੰਦੇ ਜੀ ਉੱਥੇ ਜਾ ਹੀ ਨਹੀਂ ਸਕਦੇ ਅਸੀਂ ਉਹ ਸਾਰੇ ਚੜ੍ਹਦੀ ਕਲੇ ਬੰਦੇ ਸੀ ਜੇ ਫਰਜ਼ ਕਰੋ ਟੈਂਟ ਭੰਨੀ ਲਿਆ ਚਲੇ ਗਏ ਫਿਰ ਕਿਹੜਾ ਹੋ ਗਿਆ ਕੀ ਹੋ ਗਿਆ ਅਤੇ ਜਦੋਂ ਤੁਸੀਂ ਡਾਂਗਾ ਮਾਰਦੇ ਸਾਡੇ ਉਹ ਕਾਨੂੰਨੀ ਹੈ ਜੇ ਆਹ ਟੈਂਟ ਭੰਨਣਾ ਨਾਕਾ ਭੰਨਣਾ ਗੈਰ ਕਾਨੂੰਨੀ ਹੈ ਅਤੇ ਫਿਰ ਡਾਂਗ ਮਾਰਨੀ ਵੀ ਗੈਰ ਕਾਨੂੰਨੀ ਹੈ ਡਾਂਗ ਮਾਰਨ ਵਾਲੇ ਤਾਂ ਕਿਉਂ ਨਹੀਂ ਕਰਦੇ ਸਾਡੀਆਂ ਪੱਗਾਂ ਸੰਵਿਧਾਨ ਤਾਂ ਇੱਥੋਂ ਤੱਕ ਕਹਿੰਦਾ ਕਿ ਪੁਲਿਸ ਡਾਂਗ ਨਹੀਂ ਰੱਖ ਸਕਦੀ ਮਾਰ ਹੀ ਨਹੀਂ ਸਕਦੀ ਜੀ ਪਟਾ ਨਹੀਂ ਰੱਖ ਸਕਦੀ ਹਾਈ ਕੋਰਟ ਨੇ ਹੁਕਮ ਕੀਤਾ ਹੈ ਊਸ਼ਾ ਜਸਟਿਸ ਊਰਾ ਨੇ ਆਰਡਰ ਕੀਤਾ ਹੈ ਕਿ ਥਾਣੇ ਦੇ ਵਿੱਚ ਨਾ ਪਟਾ ਹੋ ਸਕਦਾ ਨਾ ਘੋਟਣਾ ਹੋ ਸਕਦਾ ਨਾ ਤਾਰ ਹੋ ਸਕਦੀ ਹੈ ਨਾ ਸਕੂਟਰ ਦੇ ਨਾਲ ਜਿਵੇਂ ਸਾਨੂੰ ਕਰੰਟ ਲਾਉਂਦੇ ਸੀ ਮਾਰਦੇ ਸਕੂਟਰ ਕਰੰਟ ਲਾ ਦਿੰਦੇ ਸੀ ਹੈ ਲੱਤਾਂ ਪਾੜ ਦਿੰਦੇ ਸੀ ਉਹ ਥਾਣੇ 'ਚ ਨਹੀਂ ਰੱਖ ਸਕਦੇ ਉਹ ਤਾਂ ਆਰਡਰ ਅਦੋਇਆ ਅਤੇ ਫਿਰ ਇਹਨਾਂ ਦੇ ਪਰਚਾ ਕਿਉਂ ਕੀਤਾ ਵੀ 21-22 ਜਣਿਆਂ ਦੇ ਪਰਚਾ ਕਰਤਾ 307 ਦੇ ਪਰਚੇ ਕਰਤੇ ਆ ਰਾਜਾ ਰਾਜ ਸਿੰਘ ਜਿਹੜਾ ਕਿਸਾਨੀ ਸੰਘਰਸ਼ ਰਿਹਾ ਬਗਰਾੜੀ ਮੋਰਚੇ ਦੇ ਵਿੱਚ ਸਾਡੇ ਨਾਲ ਰਿਹਾ ਬਹਿਬਲ ਮੋਰਚੇ ਦੇ ਸਾਡੇ ਨਾਲ ਰਿਹਾ ਕਿਸਾਨੀ ਸੰਘਰਸ਼ ਦੇ ਵਿੱਚ ਫਰੰਟ 'ਤੇ ਅਗਲੇ ਰਹੇ ਆ ਪੂਰਾ ਉਹਨਾਂ ਨੇ ਲੜਾਈ ਲੜੀ ਹੈ ਉਹਨਾਂ ਨੇ ਕਿਹੜਾ ਕੁਝ ਕੀਤਾ ਉਹਨਾਂ ਨੇ ਨਾ ਜਥੇਬੰਦੀਆਂ ਦੀ ਢਾਲ ਬਣ ਕੇ ਰਹੇ ਆ ਅਤੇ ਫਿਰ ਇਸ ਕਰਕੇ ਰਾਜਾ ਰਾਜ ਸਿੰਘ ਦੇ ਪਰਿਵਾਰ 'ਤੇ ਜ਼ਬਰ ਕਰਨਾ ਉਹਦੇ ਪਰਿਵਾਰ ਨੂੰ ਜਾ ਕੇ ਘੇਰ ਲੈਣਾ ਫੜ ਲੈਣਾ ਕਿੱਡੀ ਕੀ ਗੱਲ ਹੈ ਇਸ ਕਰਕੇ ਇਹ ਨਤੀਜੇ ਭੁਗਤਣੇ ਪੈਣਗੇ ਇਹ ਪਰਚੇ ਜਿਹੜੇ ਵਾਪਸ ਕਰੋ ਅਤੇ ਗੱਲ ਟੇਬਲ 'ਤੇ ਕਰਕੇ ਨਿਬੇੜੋ ਸਾਡੇ ਬੰਦੀ ਸਿੰਘ ਰਿਹਾਅ ਕਰੋ ਨਹੀਂ ਤਾਂ ਪੰਜਾਬ ਦਾ ਮਾਹੌਲ ਬਹੁਤ ਹੈ ਸਾਰੇ ਮੋਰਚਿਆਂ ਵਾਲੇ ਦੀ ਤਾਰ ਇੱਕ ਜਿਵੇਂ ਤੁਹਾਡੀ ਜੁੜੀ ਹੈ ਨਾ ਸੈਂਟਰ ਦੇ ਨਾਲ ਕੇਜਰੀਵਾਲ ਦੀ ਸਰਕਾਰ ਕੇਜਰੀਵਾਲ ਦੇ ਰਾਹੀਂ ਜਿਹੜੀ ਪੰਜਾਬ ਦੀ ਸਰਕਾਰ ਰਾਘਵ ਚੱਡੇ ਦੇ ਰਾਹੀਂ ਭਗਵੰਤ ਮਾਨ ਤੋਂ ਕੰਨ ਖੋੜ ਕੇ ਇੱਕ ਗੁਲਾਮ ਪਿੰਜਰੇ ਵਿੱਚ ਤੋਤੇ ਦੇ ਤਰ੍ਹਾਂ ਜਿਹੜੀ ਚਲਾਈ ਜਾ ਰਹੀ ਹੈ ਨਾ ਉਹ ਰਾਜ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਸਾਡੇ 'ਤੇ ਜ਼ਬਰ ਕਰ ਰਹੀ ਹੈ ਪੋਲਿਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਇਹ ਇੱਕ ਮੋਰਚਾ ਲੱਗਿਆ ਬਾਈਬਲ 'ਚ ਇੱਕ ਮੋਰਚਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ 560 ਦਿਨ ਤੋਂ
रोज़ गिरफ्तारियां हो रही हैं। वह मोर्चे का डिकटेटर मैनू मुखी बनाया से मैं फड़ के अंदर करके मेरे से परचा किया तो जमानत करा के आए मान साहब ने फड़ लिया से वो चल रहा। एक चल रहा लतीफपुरा, एक मोर्चा चल रहा कौमी इंसाफ मोर्चा, एक मोर्चा करतार सिंह सराभे दे, ये सारे असी कट्ठे हैं। एवें ना समझ लिया जथेबंदियां भी कट्ठिया, किसान भी कट्ठे है, मजदूर भी कट्ठे है, तो थोड़ा ज्योना कर देंगे दुब्बर। सारिया जथेबंदियां उतियां जा रही इस करके परचे वापस करो तो साढ़े बंदी सिंह जिहड़े रिहा करो। केजरीवाल ने छेवीं बार जिहड़ी फाइल ते साइन करने से क्योंकि ये फाइल बगराड़ी मोर्चे ने जिहड़ा हैगा श्री वास्तवा कमिश्नर उदों दविंदर भुल्लर की रिहाई रद्द करन दा ऑर्डर जारी किया, फिर बगराड़ी मोर्चे ने श्री वास्तवा कमिश्नर वो दोबारा आपकी रिपोर्ट जिहड़ी भेजनी सी उन्हें लिख के कहा मैनू इतराज नहीं दविंदर पर भुल्लर नू। फिर कैप्टन सरकार दे हिक ते पैर रख के गर्दन नू दपा के जथेबंदियां जमहूरी ढंग दे नाल फिर असी पंजाब सरकार चो मता पास कराया। वह मता पास करके क्योंकि केस दिल्ली गया तो केजरीवाल ने छे वारी रद्द कर दिती है। केजरीवाल ये तू तो रिहाई रद्द कर सकदा, तू गैर कानूनी काम कर रहा है तो किसी दिन लोग भी तैनू रद्द कर देंगे। इस करके ये बाबा राजा राज सिंह ते परिवार ते जिहड़ा परचा होया नजायज तशद्दुद होया ते जिहड़े बंदे हर लड़ करके उन्हां दे घरे वड़े है ते फिर भाई उहदे ते भी निहंग सिंह फौजां दे उत्ते भाई वो परचे वापस लो ते जबर नू बंद करो। असीं हजे जबर दा मुकाबला सबर नाल कर रहे हैं। सारे पंजाब अणखी है, कितें किसान यूनियन नू एवें ना समझ लिया हरे झंडे फरी फिरदे है, उन्नी ताड़े ना चाहे उन्ना ही अणख इन्हों की उन्नी गैरत इन्हों की है, मैंने कि समझ लिया जी। इस करके तुरंत कौमी इंसाफ मोर्चे के नजायज़ परचे वापस लेके तो टेबल पर गल करके जमहूरी ढंग देना मसला हल करना सरकार का फर्ज है। हुण भगवंत मान ने ड्रामा लाता, भगवंत मान ने ड्रामा लाता आम पार्टी ने, उन्हें उधर धरना ला लिया सेंटर के खिलाफ, तो एक पासे तो हाथी के दंद खाने हो रहा है तो दविंदर पर भुल्लर की रिहाई तो सहन नहीं करते हैं जेडे कि उन्होंने राइट के इधर धरना ला के लोगों के अखा च कट्टा पा रहे हैं। हाँ तो एक भगवंत मान ने आपदे नाल भगत सिंह की फोटो ला के अंबेदकर की फोटो ला के लोगों ने गुमराह कर रहा। दसो जी अंबेदकर की फोटो तो भगत सिंह की फोटो ला के तुसीं उल्ट काम कर रहे हो, इस करके लोग सानू सारे सोचाले बर्दाश्त नहीं करनगे। जे तुसी भी चाहुंदे हो आस्ट्रेलिया जां न्यूजीलैंड दे विच ब्याह तां इको इक राह एनआरआई मैरिज ब्यूरो। एनआरआई मैरिज ब्यूरो, फाइंड योर परफेक्ट ह्यूमन।